ਪੁਲਿਸ ਥਾਣੇ ਚ ਵਾਪਰਿਆ ਹਾਦਸਾ। ਥਾਣੇ ਚ ਖੜੀਆਂ ਗੱਡੀਆਂ ਨੂੰ ਲੱਗੀ ਭਿਆਨਕ ਅੱਗ। 10 ਗੱਡੀਆਂ ਸੜ ਕੇ ਹੋਈਆਂ ਸਵਾਹ। ਕਿਸਾਨਾਂ ਦੇ ਵੱਲੋਂ ਨਾਰ ਨੂੰ ਅੱਗ ਲਗਾਉਣ ਦੇ ਨਾਲ ਕਈ ਹਾਦਸੇ ਵਾਪਰ ਚੁੱਕੇ ਨੇ। ਕਈਆਂ ਦੇ ਘਰ ਸੜ ਕੇ ਸਵਾਹ ਹੋ ਗਏ ਨੇ ਤਾਂ ਕਈਆਂ ਦੀਆਂ ਜਾਨਾਂ ਵੀ ਜਾ ਚੁੱਕੀਆਂ ਨੇ। ਫਿਰ ਵੀ ਅਜਿਹੇ ਹਾਦਸੇ ਵਾਪਰ ਜਾਣ ਮਗਰੋਂ ਕਿਸਾਨਾਂ 'ਤੇ ਕੋਈ ਵੀ ਅਸਰ ਨਹੀਂ ਦਿਖਾਈ ਦਿੰਦਾ। ਅਜਿਹਾ ਹੀ ਇੱਕ ਮਾਮਲਾ ਜ਼ਿਲ੍ਹਾ ਪਠਾਨਕੋਟ ਦੇ ਅਧੀਨ ਪੈਂਦੇ ਪਿੰਡ ਭੌਂ ਤੋਂ ਸਾਹਮਣੇ ਆਇਆ, ਜਿੱਥੇ ਥਾਣਾ ਸਦਰ 'ਚ ਖੜੀਆਂ 10 ਗੱਡੀਆਂ ਨੂੰ ਅੱਗ ਲੱਗ ਜਾਂਦੀ ਹੈ, ਜਿਸ ਤੋਂ ਬਾਅਦ ਥਾਣਾ 'ਚ ਹਫੜਾ ਤਫੜੀ ਮੱਚ ਗਈ। ਤੁਹਾਨੂੰ ਦੱਸ ਦਈਏ, ਕਿਸਾਨਾਂ ਨੇ ਨਾਰ ਨੂੰ ਅੱਗ ਲਗਾਈ ਸੀ। ਹਵਾ ਚੱਲਣ ਕਰਕੇ ਇਹ ਅੱਗ ਨਾਲ ਲੱਗਦੇ ਥਾਣਾ ਸਦਰ 'ਚ ਖੜੀਆਂ ਗੱਡੀਆਂ ਤੱਕ ਪਹੁੰਚ ਗਈ, ਜਿਸ ਦੇ ਨਾਲ ਲਗਭਗ 10 ਗੱਡੀਆਂ ਸੜ ਕੇ ਸਵਾਹ ਹੋ ਗਈਆਂ। ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ 2 ਗੱਡੀਆਂ ਨੇ ਮੌਕੇ 'ਤੇ ਪਹੁੰਚ ਕੇ ਬੜੀ ਹੀ ਮੁਸ਼ਕਲ ਦੇ ਨਾਲ ਅੱਗ 'ਤੇ ਕਾਬੂ ਪਾਇਆ। ਇਸ ਮਾਮਲੇ ਨੂੰ ਲੈ ਕੇ DSP ਹਰਕਿਸ਼ਨ ਸਿੰਘ ਦਾ ਕੀ ਕੁਝ ਕਹਿਣਾ, ਇੱਕ ਵਾਰ ਤੁਹਾਨੂੰ ਉਹ ਵੀ ਸੁਣਾ ਦਿੰਦੇ ਹਾਂ। ਇਹ ਸਾਡਾ ਜਿਹੜਾ ਪੁਰਾਣਾ ਥਾਣਾ ਹੈ, ਥਾਣਾ ਸਦਰ, ਥਾਣਾ ਕਾਨਵਾ ਵੀ ਕਿਹਾ ਜਾਂਦਾ ਸੀ ਇਹਨੂੰ, ਇੱਥੇ ਸਾਡਾ ਜਿਹੜਾ ਪੁਰਾਣਾ ਮਾਲ ਮੁਕੱਦਮਾ ਹਾਲੇ ਪਿਆ, ਕਿਉਂਕਿ ਜਿਹੜਾ ਨਵਾਂ ਥਾਣਾ ਹੈ ਉਹ ਬਾਰਸਾ ਬਣ ਗਿਆ ਸੀ, ਅਤੇ ਇੱਥੇ ਸਾਡਾ ਜਿਹੜਾ ਮਾਲ ਮੁਕੱਦਮੇ ਦੀਆਂ ਗੱਡੀਆਂ, ਕੁਛ ਇੰਪੋਰਟੈਂਟ ਜਿਹੜਾ ਮਾਲ ਮੁਕੱਦਮਾ ਉਹ ਤਾਂ ਅਸੀਂ ਥਾਣੇ ਸਦਰ ਲੈ ਗਏ ਸੀ, ਪਰੰਤੂ ਕੁਝ ਕੁ ਗੱਡੀਆਂ ਜਿਹੜੀਆਂ ਨਾ ਜਾਣ ਨਹੀਂ ਜਾ ਸਕਦੀਆਂ ਸੀ, ਲਿਜਾਣ ਦੇ ਜੋ ਸਮਰੱਥ ਸਨ ਉਹ ਕੁਝ ਗੱਡੀਆਂ ਸਾਡੀਆਂ ਇੱਥੇ ਖੜੀਆਂ ਸਨ। ਅਤੇ ਜੋ ਇੱਕ ਕਿਸਾਨ ਨੇ ਥਾਣੇ ਦੇ ਲਾਗੇ ਕਿਸਾਨ ਨੇ ਕਿਸੇ ਨਾੜ ਨੂੰ ਅੱਗ ਲਾਈ ਹੋਈ ਸੀ, ਜਿਹਦੇ ਕਰਕੇ ਜਿਹੜਾ ਇਹਨਾਂ ਗੱਡੀਆਂ ਨੂੰ ਅੱਗ ਪੈ ਗਈ ਆ, ਇਹਦੇ ਵਿੱਚ ਕੋਈ 10 ਦੇ ਕਰੀਬ ਗੱਡੀਆਂ ਜਿਹੜੀਆਂ ਸਾਡੀਆਂ ਸੜ ਕੇ ਤਬਾਹ ਹੋ ਗਈਆਂ ਨੇ। ਅਤੇ ਬਾਕੀ ਜਿਹੜਾ ਥਾਣਾ ਸਾਰਾ ਸੇਫ ਹੈ, ਬਾਕੀ ਸਾਰਾ ਜਿਹੜਾ ਮਾਲ ਮੁਕੱਦਮਾ ਸੇਫ ਹੈ, ਸਿਰਫ ਜਿਹੜੀਆਂ ਬਾਹਰ ਗੱਡੀਆਂ 10 ਦੇ ਕਰੀਬ ਖੜੀਆਂ ਨੇ, ਕਿ 2 ਟਰੱਕ ਨੇ, 2-3 ਕਾਰਾਂ ਨੇ, ਆਟੋ ਵਗੈਰਾ ਨੇ, ਉਹ ਸਾਡੇ ਜਿਹੜਾ ਆਪਣਾ ਸੜਕੇ ਸਵਾਹ ਹੋਇਆ, ਜਿਹਦੇ ਸੰਬੰਧ ਵਿੱਚ ਅਸੀਂ ਸਾਰੀ ਕਾਰਵਾਈ ਕਰ ਰਹੇ ਹਾਂ, ਅਤੇ ਜਿਹੜੇ ਜਿਸ ਕਿਸਾਨ ਨੇ ਨਾੜ ਨੂੰ ਅੱਗ ਲਈ ਉਹਦੇ ਖਿਲਾਫ਼ ਪਰਚਾ ਵੀ ਦਰਜ ਕਰਾਂਗੇ, ਅਤੇ ਜੋ ਵੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਸਰ, ਲੱਗਦਾ ਨਹੀਂ ਪ੍ਰਸ਼ਾਸਨ ਵੱਲੋਂ ਲਗਾਤਾਰ ਸੁਚੇਤ ਵੀ ਕੀਤਾ ਜਾਂਦਾ ਕਿਸਾਨਾਂ ਨੂੰ, ਫਿਰ ਵੀ ਜਿਹੜੇ ਆ ਸਾਨੂੰ ਜਿਹੜੇ ਅੱਗ ਲੱਗਣ ਦੇ ਮਾਮਲੇ ਸਾਹਮਣੇ ਆ ਰਹੇ? ਅਸੀਂ ਇਹਦੇ ਖਿਲਾਫ਼ ਕਿਸਾਨਾਂ ਨੂੰ ਸੁਚੇਤ ਵੀ ਕਰੀ ਆ, ਕਿ ਮੇਰੀ ਬੇਨਤੀ ਵੀ ਕੀਤੀ ਆ, ਅਤੇ ਇਹਨਾਂ ਦੇ ਖਿਲਾਫ਼ ਅਸੀਂ ਪਰਚੇ ਵੀ ਦਰਜ ਕਰਦੇ ਹਾਂ, ਪਰੰਤੂ ਸਾਨੂੰ ਇਸ ਦੇ ਪ੍ਰਤੀ ਹੁਣ ਵੀ ਜਾਗਰੂਕ ਹੋਣਾ ਚਾਹੀਦਾ, ਜੇ ਇਸ ਤਰ੍ਹਾਂ ਦੇ ਇੰਸੀਡੈਂਟ ਹੁੰਦੇ ਰਹੇ ਤਾਂ ਸਾਡੇ ਲਈ ਕੋਈ ਵੀ ਨੁਕਸਾਨਦਾਇਕ ਹੋ ਸਕਦੇ ਹਨ। ਸੋ ਮੈਂ ਫਿਰ ਦੁਬਾਰਾ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਬੇਨਤੀ ਕਰਦਾ ਕਿ ਨਾੜ ਨੂੰ ਅੱਗ ਲਾਉਣੀ ਬੰਦ ਕਰੋ, ਤਾਂ ਜੋ ਕੋਈ ਨੁਕਸਾਨ ਨਾ ਹੋ ਸਕੇ। ਆਪਣੇ ਵੱਲੋਂ ਸਰ ਕੀ ਕਾਰਵਾਈ ਅਮਲ 'ਚ ਲੈਂਦੀ ਆ? ਅਸੀਂ ਇਹਦੇ ਸੰਬੰਧ ਵਿੱਚ ਜਿਹੜਾ ਕਿਸਾਨ ਉਹਦੇ ਖਿਲਾਫ਼ ਪਰਚਾ ਦਰਜ ਕਰ ਰਹੇ ਹਾਂ, ਅਤੇ ਅਗਲੀ ਕਾਰਵਾਈ ਅਸੀਂ ਅਮਲ 'ਚ ਲਿਆ ਰਹੇ ਹਾਂ। ਨਾ ਕੋਈ ਸਰ ਪਤਾ ਲੱਗਾ? ਉਹਦੇ ਸੰਬੰਧ ਵਿੱਚ ਮੈਂ ਬਸ ਪਤਾ ਜੋ ਹੀ ਕਰ ਰਹੇ ਹਾਂ, ਕਿਸ ਕਿਸਾਨ ਨੇ ਅੱਗ ਲਗਾਈ ਸੀ, ਫਿਰ ਹਾਲ ਸਾਨੂੰ ਅਸੀਂ ਸਿਰਫ ਅੱਗ ਬੁਝਾ ਰਹੇ ਹਾਂ, ਸਾਡਾ ਮੇਨ ਮਕਸਦ ਉਹ ਪਹਿਲਾਂ ਅੱਗ 'ਤੇ ਕਾਬੂ ਕਰਨਾ। ਫਾਇਰ ਬ੍ਰਿਗੇਡ ਦੀਆਂ 2 ਗੱਡੀਆਂ ਆ ਗਈਆਂ ਨੇ, ਇਹ ਸਾਡੇ ਬਾਕੀ ਸਾਰਾ ਸਟਾਫ ਵੀ ਆ ਗਿਆ, ਅਤੇ ਅਸੀਂ ਜਿਹੜਾ ਆਪਣਾ ਅੱਗ ਨੂੰ ਬੁਝਾ ਰਹੇ ਹਾਂ, ਉਹ ਬੁਝਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਤੁਸੀਂ ਸੁਣਿਆ ਕਿ ਇਸ ਮਾਮਲੇ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਨਾਰ ਨੂੰ ਅੱਗ ਲਗਾਉਣ ਵਾਲੇ ਕਿਸਾਨਾਂ ਦੇ ਪਰਚਾ ਦਰਜ ਕਰ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ। ਤੁਹਾਨੂੰ ਦੱਸ ਦਈਏ, ਨਾਰ ਨੂੰ ਅੱਗ ਲਗਾਉਣ ਤੋਂ ਰੋਕਣ ਦੇ ਲਈ ਲਗਾਤਾਰ ਪੁਲਿਸ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਕਈ ਕੈਂਪ ਲਗਾ ਚੁੱਕੀ ਹੈ, ਪਰ ਇਸ ਦੇ ਬਾਵਜੂਦ ਵੀ ਕਿਸਾਨਾਂ 'ਤੇ ਕੋਈ ਅਸਰ ਨਹੀਂ ਦਿਖਾਈ ਦਿੱਤਾ। ਇਸ ਦੇ ਨਾਲ ਹੀ ਕਈਆਂ ਦੇ ਘਰ ਸੜ ਕੇ ਸਵਾਹ ਹੋ ਗਏ ਨੇ ਅਤੇ ਕਈਆਂ ਦੀਆਂ ਜਾਨਾਂ ਵੀ ਜਾ ਚੁੱਕੀਆਂ ਨੇ। ਲੋੜ ਹੈ ਸਾਨੂੰ ਇਸ 'ਤੇ ਠੱਲ ਪਾਉਣ ਦੀ, ਤਾਂ ਜੋ ਭਵਿੱਖ ਦੇ ਵਿੱਚ ਅੱਗ ਦੇ ਨਾਲ ਹੋਣ ਵਾਲੇ ਅਜਿਹੇ ਹਾਦਸਿਆਂ ਤੋਂ ਬਚਿਆ ਜਾ ਸਕੇ। देश दुनिया की हर खबर सबसे पहले देखने के लिए फॉलो करें दैनिक सवेरा टीवी YouTube, Facebook, Instagram, X और WhatsApp चैनल पर।